ਸਭ ਨੂੰ ਜੈ ਐਮ ਸੀ ਜੀ, ਮੇਰਾ ਨਾਮ ਅਰਪਣ ਜੋਨ ਆ ਔਰ ਮੈਂ ਆਰ ਐਮ ਐਸ ਮਹਾਅਭਿਸ਼ੇਕ ਚਰਚ ਦੇ ਨਾਲ ਸੰਬੰਧ ਰੱਖਦਾ। ਸੋ ਅੱਜ ਜੋ ਮੈਂ ਵੀਡੀਓ ਬਣਾ ਰਿਹਾ, ਇਹ ਵੀਡੀਓ ਮੇਰੇ ਪਾਉਣ ਦਾ ਮਕਸਦ ਉਹ ਜੌਨ ਕੋਟਲੀ ਅਤੇ ਉਸਦੇ ਬਾਕੀ ਜਿਹੜੇ ਨਾਲ ਦੇ ਪ੍ਰਧਾਨ ਆ, ਜੋ ਆਪਣੇ ਆਪ ਨੂੰ ਕ੍ਰਿਸਚਨ ਕੌਮ ਦਾ ਪ੍ਰਧਾਨ ਅਖਵਾਉਂਦੇ ਆ, ਕ੍ਰਿਸਚਨ ਕੌਮ ਦਾ ਲੀਡਰ ਕਹਿੰਦੇ ਆ, ਪਰ ਹੈ ਉਹ ਕੁਝ ਵੀ ਨਹੀਂ ਗਏ, ਉਹਨਾਂ ਦੇ ਲਈ ਇਹ ਵੀਡੀਓ ਬਣਾ ਰਿਹਾ ਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੱਦੇ ਨੂੰ ਦੇਖਿਆ ਕਿ ਜਿਹਦੇ ਵਿੱਚ ਸੁਖਪਾਲ ਰਾਣਾ ਜਿਹੜਾ ਲੁਟੇਰਾ ਆ ਉਹਨੂੰ ਪਰਮੇਸ਼ਵਰ ਦੇ ਲੋਕਾਂ ਨੇ ਨੰਗਾ ਕੀਤਾ, ਉਹਦੀਆਂ ਲੁੱਟਾਂ ਆ ਜਿਹੜੀਆਂ ਉਹ ਸਾਹਮਣੇ ਲਿਆਂਦੀਆਂ ਕਿ ਕਿਵੇਂ ਉਹ ਮਸੀਹ ਕੌਮ ਨੂੰ ਪਰਮੇਸ਼ਵਰ ਦੇ ਲੋਕਾਂ ਨੂੰ ਲੁੱਟਦਾ, ਉਹਨਾਂ ਦਾ ਘਾਣ ਕਰਦਾ। ਤੇ ਜਦੋਂ ਇਹ ਗੱਲ ਪਰਮੇਸ਼ਵਰ ਦੇ ਲੋਕਾਂ ਨੇ ਜਿਹੜੇ ਲੁੱਟੇ ਕਸੁੱਟੇ ਗਏ ਸੀਗੇ ਸੁਖਪਾਲ ਰਾਣੇ ਦੇ ਦੁਆਰਾ, ਜਿਹਨੂੰ ਇਹਨੇ ਖਾਧਾ ਸੀ ਜਿਹਨਾਂ ਲੋਕਾਂ ਨੂੰ, ਉਹਨਾਂ ਨੇ ਆ ਕੇ ਮਹਾਅਭਿਸ਼ੇਕ ਦੇ ਮੰਚ ਦੇ ਉੱਤੇ ਆਪਣਾ ਦੁੱਖ, ਆਪਣਾ ਦਰਦ, ਆਪਣੀ ਹੱਡ ਬੀਤੀ ਦੱਸੀ ਕਿ ਕਿਵੇਂ ਉਹਨਾਂ ਨੂੰ ਲੁੱਟਿਆ ਗਿਆ। ਉਹਨਾਂ ਤੋਂ 1500-1500 ਦਾ ਕਾਰਡ ਬਣਵਾਇਆ ਗਿਆ ਪ੍ਰੇਅਰ ਕਰਾਉਣ ਦਾ, ਉਹਨਾਂ ਤੋਂ ਖਾਣੇ ਤੱਕ ਦੇ, ਸੌਣ ਤੱਕ ਦੇ ਪੈਸੇ ਲੈ ਗਏ ਉਸ ਜਗ੍ਹਾ ਦੇ ਉੱਤੇ। ਜਦੋਂ ਲੋਕਾਂ ਨੇ ਨੰਗਾ ਕੀਤਾ ਇਹ ਸਾਰਾ ਕੁਝ ਆ ਕੇ ਦੱਸਿਆ, ਤੇ ਸੁਖਪਾਲ ਰਾਣੇ ਨੂੰ ਲੱਗੀਆਂ ਮਿਰਚਾਂ, ਅੰਦਰੋਂ ਲੱਗੀ ਅੱਗ ਕਿ ਇਹ ਮੈਨੂੰ ਨੰਗਾ ਕਰ ਰਿਹਾ, ਤੇ ਸੁਖਪਾਲ ਰਾਣੇ ਨੇ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਆਪਣੀਆਂ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਝੂਠੀਆਂ ਇਧਰੋਂ ਉਧਰੋਂ ਗੱਲਾਂ ਫੜ ਕੇ ਸਫਾਈਆਂ ਇਸ ਲਈ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਹੜੇ ਮੇਰੇ ਕੋਲ ਚਾਰ ਬਚੇ ਆ ਉਹ ਬਚੇ ਰਹਿਣ, ਕਿਤੇ ਉਹ ਨਾ ਨਿਕਲ ਜਾਣ। ਤੇ ਫਿਰ ਆ ਜਿਹੜੇ ਟੁੱਚੇ ਜੇ ਲੀਡਰ ਆ, ਜੌਨ ਕੋਟਲੀ, ਪੀਟਰ ਚਿੱਦਾ, ਹੋਰ 3-4 ਜਿਹੜੇ ਹੈਗੇ ਆ, ਇਹਨਾਂ ਨੇ ਸੁਖਪਾਲ ਰਾਣੇ ਦੇ ਹੱਕ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਸੋ ਮੈਂ ਇਹ ਖਾਸ ਵੀਡੀਓ ਲੀਡਰਾਂ ਦਾ ਕਰਕੇ ਬਣਾਉਣਾ ਚਾਹੁੰਦਾ ਕਿ ਤੁਸੀਂ ਸ਼ਰੇਆਮ ਇਹ ਗੱਲਾਂ ਬੋਲਦੇ ਪਏ ਹੋ ਕਿ ਅਸੀਂ ਸੁਖਪਾਲ ਰਾਣੇ ਦੇ ਨਾਲ, ਤੁਸੀਂ ਕਹਿ ਰਹੇ ਹੋ ਅਸੀਂ ਲੁਟੇਰੇ ਦੇ ਨਾਲ, ਆ ਜਿਹੜਾ ਪੀਟਰ ਬੁਲੰਦਪੁਰੀਆ, ਸੁਰਜੀਤ ਥਾਪਰ, ਸਨਾਵਰ ਭੱਟੀ, 3-4 ਜਣੇ ਇੱਧਰ ਉੱਧਰ ਦੇ ਹੋਰ ਹੈਗੇ ਆ, ਤੁਸੀਂ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਗੱਲ ਕਹਿਣ ਤੋਂ ਪਹਿਲਾਂ, ਤੁਸੀਂ ਇੱਕ ਲੁਟੇਰੇ ਦਾ ਸਾਥ ਦੇ ਰਹੇ ਹੋ। ਔਰ ਜੌਨ ਕੋਟਲੀ ਨੇ ਇਹ ਗੱਲ ਲਾਈਵ ਦੇ ਵਿੱਚ ਪਬਲਿਕਲੀ ਇਹ ਗੱਲ ਬੋਲੀ ਕਿ ਜਿਹੜਾ ਸੁਖਪਾਲ ਰਾਣਾ ਹੈ ਉਹ ਸਾਨੂੰ ਬੁਲਾਉਂਦਾ ਤੇ ਸਾਨੂੰ ਉਹ ਬੀਜ ਦਿੰਦਾ, ਮਤਲਬ ਪੈਸੇ ਦਿੰਦਾ, ਤੇ ਤੁਸੀਂ ਵੀ ਫਿਰ ਜਿਹੜਾ ਤੁਸੀਂ ਸਹੀ ਨੂੰ ਛੱਡ ਕੇ ਗਲਤ ਦਾ ਸਾਥ ਦੇ ਰਹੇ ਹੋ, ਲੁਟੇਰੇ ਦਾ ਸਾਥ ਦੇ ਰਹੇ ਹੋ, ਚੋਰ ਦਾ ਸਾਥ ਦੇ ਰਹੇ ਹੋ, ਇਹਦਾ ਇਹੀ ਮਤਲਬ ਆ ਕਿ ਤੁਸੀਂ ਰਲ ਕੇ ਫਿਰ ਮਸੀਹ ਕੌਮ ਨੂੰ ਲੁੱਟ ਰਹੇ ਹੋ। ਔਰ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਮਸੀਹ ਕੌਮ ਦੇ ਲੀਡਰ ਆ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਗੱਲ ਬੋਲਦੇ ਹੋਇਆ, ਕਿਉਂ ਕੀ ਕੀਤਾ ਉਹਨੇ ਤੁਹਾਨੂੰ ਪੈਸੇ ਖਿਲਾਏ, ਜਾਂ ਤੁਸੀਂ ਫਿਰ ਉਹ ਗੱਲ ਕਿ ਤੁਸੀਂ ਆਪਣੇ ਗੱਲ ਦੇ ਵਿੱਚ ਪਟਾ ਪਾ ਲਿਆ, ਤੁਸੀਂ ਕਹਿ ਰਹੇ ਹੋ ਅਸੀਂ ਉਹ ਲੁਟੇਰੇ ਦੇ ਨਾਲ ਉਹਦੇ ਨਾਲ ਖੜੇ ਆ, ਔਰ ਵੀਡੀਓ ਬਣਾ ਬਣਾ ਕੇ ਦੱਸ ਰਹੇ ਆ ਕਿ ਮੈਂ ਲੁਟੇਰੇ ਦੇ ਨਾਲ ਆ ਤੇ ਅਸੀਂ ਫਿਰ ਉਹ ਲੁਟੇਰੇ ਦੇ ਖਿਲਾਫ ਹਾਂ, ਔਰ ਅਗਰ ਤੁਸੀਂ ਉਹਦੇ ਨਾਲ ਹੋ ਤੇ ਅਸੀਂ ਤੁਹਾਡੇ ਵੀ ਫਿਰ ਖਿਲਾਫ ਹਾਂ, ਤੇ ਤੁਸੀਂ ਸਾਨੂੰ ਧਮਕੀਆਂ ਦੇ ਰਹੇ ਹੋ, ਸਾਨੂੰ ਡਰਾਵੇ ਦੇ ਰਹੇ ਹੋ ਕਿ ਅਸੀਂ ਕਮੇਟੀਆਂ ਬਣਾਵਾਂਗੇ, ਅਸੀਂ ਐਸੋਸੀਏਸ਼ਨਾਂ ਬਣਾਵਾਂਗੇ, ਇੱਦਾਂ ਕਰਾਂਗੇ, ਉੱਦਾਂ ਕਰਾਂਗੇ। ਤੁਸੀਂ ਜੋ ਕਰਨਾ ਕਰ ਲਓ, ਤੁਸੀਂ ਜਿਹੜੇ ਤਰੀਕੇ ਨਾਲ ਸਾਨੂੰ ਮਿਲਣਾ ਚਾਹੁੰਦੇ ਹੋ, ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਉਸੇ ਤਰੀਕੇ ਨਾਲ ਕਰ ਲਓ। ਅਗਰ ਪੋਲੀਟੀਕਲੀ, ਤੇ ਸਾਨੂੰ ਪਰਮੇਸ਼ਵਰ ਨੇ ਪੂਰੀ ਤਰ੍ਹਾਂ ਤਿਆਰ ਕਰਕੇ ਖੜਾ ਕੀਤਾ ਆ, ਤੁਸੀਂ ਪੋਲੀਟੀਕਲੀ, ਫਿਜ਼ੀਕਲੀ, ਫਾਈਨੈਂਸ਼ਲੀ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹ ਤੁਸੀਂ ਧਮਕੀਆਂ ਦੇਣ ਜੋਗੇ ਹੀ ਹੋ, ਧਮਕੀਆਂ ਦਿੱਤੇ ਜਾਓ ਜਿੰਨੀਆਂ ਦੇਣੀਆਂ। ਪਰ ਇੱਕ ਗੱਲ ਯਾਦ ਰੱਖ ਲਓ, ਤੁਸੀਂ ਤੇ ਸਿਰਫ ਧਮਕੀਆਂ ਦੇਣੀਆਂ ਨਾ, ਕਹਿ ਰਹੇ ਹੋ ਆਹ ਕਰਾਂਗੇ ਉਹ ਕਰਾਂਗੇ, ਪਰ ਯਾਦ ਰੱਖਿਓ ਅਸੀਂ ਵੀ ਇੱਧਰ ਐਵੇਂ ਹੱਥ ਤੇ ਹੱਥ ਧਰ ਕੇ ਨਹੀਂ ਬੈਠੇ, ਕਿਤੇ ਐਵੇਂ ਨਾ ਸਮਝੀ ਜਾਇਆ ਜੇ ਕਿ ਕਿਤੇ ਐਵੇਂ ਬੈਠੇ ਹੋਏ ਆ। ਜਦੋਂ ਅਸੀਂ ਕੁਝ ਕਰਨ ਤੇ ਆ ਗਏ, ਅਸੀਂ ਸਟੈਪ ਚੁੱਕਿਆ ਕੋਈ, ਤੇ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਬਾਅਦ ਚੋ, ਇਹ ਯਾਦ ਰੱਖਿਆ ਜੇ ਇਹ ਗੱਲਾਂ। ਅਸੀਂ ਤੇ ਤੁਰੇ ਹੀ ਸਿਰ ਤੇ ਕਫਨ ਬਣ ਕੇ ਆ, ਆਪਦੀ ਜਾਨ ਤਲੀ ਦੇ ਉੱਤੇ ਰੱਖ ਕੇ ਅਸੀਂ ਆਪਦੇ ਫਾਦਰ ਲਈ, ਸੰਤਾਂ ਦੇ ਲਈ ਕੁਝ ਵੀ ਕਰ ਜਾਂਗੇ, ਜਿੱਥੇ ਖੜਨਾ ਪਿਆ ਉੱਥੇ ਖੜਾਂਗੇ। ਪਰ ਤੁਸੀਂ ਯਾਦ ਰੱਖਿਓ ਕਿ ਤੁਹਾਨੂੰ ਇੱਕ ਵਾਰੀ ਅਸੀਂ ਦੱਸ ਦਾਂਗੇ ਚੰਗੀ ਤਰ੍ਹਾਂ ਕਿ ਇਹਦਾ ਰਿਜ਼ਲਟ ਕੀ। ਔਰ ਇਹ ਗੱਲ ਧਿਆਨ ਦੇ ਨਾਲ ਸੁਣ ਲਓ ਮੇਰੀ, ਤੁਸੀਂ ਇੱਕ ਕਰੋਗੇ ਤੇ ਅਸੀਂ 100 ਕਰੋਗੇ। ਔਰ ਖਾਸ ਕਰਕੇ ਜੌਨ ਕੋਟਲੀ, ਮੇਰੀ ਗੱਲ ਧਿਆਨ ਦੇ ਨਾਲ ਸੁਣੋ, ਤੁਸੀਂ ਇਹ ਕਿਹਾ
ਤੂੰ ਇਹ ਕਿਹਾ ਆਪਣੀ ਵੀਡੀਓ ਦੇ ਵਿੱਚ ਮੈਂ ਸੁਖਪਾਲ ਰਾਣਾ ਮਿਨਿਸਟਰੀ ਦਾ ਪ੍ਰਧਾਨ ਆ ਤੇ ਮੈਂ ਆ ਤੇ ਮੈਂ ਆਉ, ਤੂੰ ਪ੍ਰਧਾਨ ਆ ਸੁਖਪਾਲ ਰਾਣਾ ਮਿਨਿਸਟਰੀ ਦਾ ਤੇ ਫਿਰ ਤਿਆਰ ਹੋ ਜਾ, ਕਿਉਂਕਿ ਸੁਖਪਾਲ ਰਾਣੇ ਨੇ ਲੋਕਾਂ ਨੂੰ ਲੁੱਟਿਆ, ਸੁਖਪਾਲ ਰਾਣੇ ਨੇ ਲੋਕਾਂ ਨੂੰ ਖਾਧਾ ਔਰ ਲੋਕ ਜੁੱਤੀਆਂ ਛਿੱਤਰ ਚੁੱਕ ਕੇ ਤਿਆਰ ਖੜੇ ਆ ਤੇਰੇ ਵੱਲ ਆਉਣ ਦੇ ਲਈ, ਕਿਉਂਕਿ ਸੁਖਪਾਲ ਰਾਣਾ ਤੇ ਹੁਣ ਉਹਨਾਂ ਨੂੰ ਮਿਲਦਾ ਨੀ, ਕਿਉਂਕਿ ਜਿਨ੍ਹਾਂ ਨੂੰ ਲੁੱਟਿਆ ਉਹਨਾਂ ਨੂੰ ਕਿੱਦਾਂ ਮਿਲੇ ਉਹ, ਕਿਹੜਾ ਮੂੰਹ ਦਿਖਾਵੇ, ਤੇ ਉਹਨਾਂ ਨੂੰ ਤੇ ਸੁਖਪਾਲ ਰਾਣਾ ਤੇ ਉਹਨਾਂ ਨੂੰ ਮਿਲਦਾ ਨੀ। ਪਰ ਹੁਣ ਤੂੰ ਇਹ ਗੱਲ ਕਹੀ ਲਾਈਵ ਦੇ ਵਿੱਚ ਆਪਣਾ ਐਡਰੈਸ ਦੇ ਕੇ ਆਪਣਾ ਫੋਨ ਨੰਬਰ ਦੇ ਕੇ ਕਿ ਮੈਂ ਸੁਖਪਾਲ ਰਾਣਾ ਮਿਨਿਸਟਰੀ ਦਾ ਪ੍ਰਧਾਨ ਆ ਤੇ ਲੋਕ ਤੇਰੇ ਵੱਲ ਆ ਰਹੇ ਆ, ਉਹ ਸਾਰਾ ਕੁਝ ਜੋ ਉਹਨਾਂ ਦਾ ਲੁੱਟਿਆ ਗਿਆ ਤੇਰੇ ਤੋਂ ਵਿਆਜ ਸਮੇਤ ਵਸੂਲਣ ਦੇ ਲਈ ਜੌਨ ਕੋਟਲੀ, ਤੂੰ ਤਿਆਰ ਰਹਿ ਹੁਣ ਉਹਨਾਂ ਨੂੰ ਜਵਾਬ ਦੇਣ ਦੇ ਲਈ। ਔਰ ਤੂੰ ਕੀ ਕਹਿ ਰਿਹਾ ਆਪਣੀ ਵੀਡੀਓ ਦੇ ਵਿੱਚ ਕਿ ਇੱਥੇ ਮਹਾਂ ਅਭਿਸ਼ੇਕ ਦੇ ਵਿੱਚ 5,000 ਦੇ ਪ੍ਰੇਅਰ ਸ਼ੋਲ ਵੇਚੇ ਜਾਂਦੇ? ਤੂੰ ਇੱਕ ਬੰਦਾ ਅਗਰ ਖੜਾ ਕਰ ਦੇਵੇਂ ਜਿਹਨੂੰ ਪ੍ਰੇਅਰ ਸ਼ੋਲ ਵੇਚਿਆ ਗਿਆ, ਪ੍ਰੇਅਰ ਸ਼ੋਲ ਦੀ ਤੇ ਦੂਰ ਦੀ ਗੱਲ, ਕੋਈ ਇੱਕ ਬੰਦਾ ਸਾਬਿਤ ਕਰ ਦੇਵੇ, ਇੱਕ ਬੰਦਾ ਤੂੰ ਲਿਆ ਦੇਵੇਂ ਜਿਹੜਾ ਇਹ ਕਹਿ ਦੇਵੇ ਕਿ ਮਹਾਂ ਅਭਿਸ਼ੇਕ ਭਵਨ ਦੇ ਵਿੱਚ ਇੱਕ ਰੁਪਈਆ ਕਿਸੇ ਵੀ ਚੀਜ਼ ਦਾ ਉਹਨੇ ਦਿੱਤਾ ਹੋਵੇ, ਤੇ ਜੋ ਤੂੰ ਕਹੇਗਾ ਮੈਂ ਉਹ ਕਰਨ ਦੇ ਲਈ ਤਿਆਰ ਹਾਂ। ਔਰ ਤੂੰ ਤਿਆਰ ਰਹਿ ਹੁਣ, ਤੂੰ ਤੇ ਝੂਠ ਬੋਲ ਦਿੱਤਾ, ਇਹ ਕਹਿ ਦਿੱਤਾ, ਪਰ ਤੂੰ ਜਿਹੜੀਆਂ ਲੋਕਾਂ ਦੀਆਂ ਸ਼ਗਨ ਸਕੀਮਾਂ ਖਾਧੀਆਂ, ਉਹ ਭੈਣਾਂ ਦੀਆਂ ਸ਼ਗਨ ਸਕੀਮਾਂ ਖਾਧੀਆਂ, ਉਹਨਾਂ ਦੇ ਲਈ ਤਿਆਰ ਰਹਿ। ਉਹ ਆ ਰਿਹਾ ਗਵਾਹੀਆਂ ਦੇ ਨਾਲ, ਉਹਨਾਂ ਸਬੂਤਾਂ ਦੇ ਨਾਲ ਜਿਹੜੀਆਂ ਤੂੰ ਸ਼ਗਨ ਸਕੀਮਾਂ ਖਾਧੀਆਂ ਨਾ ਤੈਨੂੰ ਨੰਗਾ ਕਰਨ ਦੇ ਲਈ, ਕਿ ਤੂੰ ਹੀ ਕਿਵੇਂ ਇਹਨਾਂ ਲੁਟੇਰਿਆਂ ਦੀ ਤਰ੍ਹਾਂ ਇਹਨਾਂ ਦੇ ਨਾਲ ਰਲ ਕੇ ਸੁਖਪਾਲ ਰਾਣੇ ਅਰਗਿਆਂ ਦੇ ਮਸੀਹ ਕੌਮ ਨੂੰ ਲੁੱਟਦਾ ਆ ਰਿਹਾ। ਤੇ ਤਿਆਰ ਹੋ ਜਾਓ। ਔਰ ਜਿਹੜੇ ਪ੍ਰਧਾਨ ਆਪਣੇ ਆਪ ਨੂੰ ਪ੍ਰਧਾਨ ਕਹਿਣ ਵਾਲੇ, ਇਹ ਆਪਣਾ ਆਪਣਾ ਪੈਸੇ ਖਾ ਕੇ ਨਾ ਪੈਸੇ ਲੈ ਕੇ ਤੇ ਜਿਹੜਾ ਪੈਸੇ ਦਊ ਉਹਦੇ ਹੱਕ ਦੇ ਵਿੱਚ ਇਹ ਬੋਲਣਾ ਸ਼ੁਰੂ ਕਰ ਦਿੰਦੇ ਆ। ਤੇ ਇਹ ਜਿਨ੍ਹਾਂ ਨੇ ਪਟਾ ਪਾਇਆ ਉਹ ਗੱਲ ਸੁਣ ਲਓ ਧਿਆਨ ਦੇ ਨਾਲ, ਵੀ ਤੁਸੀਂ ਆਪਣੇ ਆਪ ਨੂੰ ਮਸੀਹ ਕੌਮ ਦਾ ਲੀਡਰ ਕਹਿੰਦੇ, ਮਸੀਹ ਕੌਮ ਦੇ ਹੱਕ ਦੇ ਵਿੱਚ ਮਸੀਹ ਕੌਮ ਦੀਆਂ ਦਰਦਾਂ ਦੇ ਲਈ ਖੜਨ ਵਾਲਾ ਕਹਿੰਦੇ, ਤੇ ਅਗਰ ਇਹ ਸਹੀ ਆ, ਉਹ ਲੁਟੇਰਾ ਇਹ ਸਹੀ ਕਰ ਰਿਹਾ 1500-1500 ਰੁਪਏ ਦਾ ਕਾਰਡ ਬਣਾ ਕੇ, 50-50 ਰੁਪਏ ਪੱਖੇ ਥੱਲੇ ਸੌਣ ਦੇ ਲੈ ਕੇ ਖਾਣਾ ਵੇਚ ਕੇ ਅਗਰ ਉਹ ਸਹੀ ਕਰ ਰਿਹਾ, ਤੇ ਫਿਰ ਮੈਂ ਇਹ ਗੱਲ ਦਾ ਜਵਾਬ ਮੰਗਦਾ। ਅਗਰ ਤੁਸੀਂ ਮਸੀਹ ਕੌਮ ਦੇ ਲੀਡਰ ਹੋ ਤੇ ਮੈਂ ਮਸੀਹ ਕੌਮ ਦਾ ਇੱਕ ਛੋਟਾ ਜਿਹਾ ਵਿਸ਼ਵਾਸੀ ਹਾਂ, ਔਰ ਮੇਰਾ ਹੱਕ ਆ ਕਿ ਆਪਾਂ ਤੁਹਾਡੇ ਤੋਂ ਲੀਡਰਾਂ ਤੋਂ ਸਵਾਲ ਪੁੱਛਣਾ, ਤੇ ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ ਔਰ ਤੁਹਾਡੀ ਇਹ ਸਲਾਹ ਮੰਗਦਾ ਕਿ ਤੁਸੀਂ ਮੈਨੂੰ ਇਹ ਸਲਾਹ ਦਿਓ, ਜਵਾਬ ਦਿਓ ਕਿ ਅਗਰ ਉਹ ਸਹੀ ਕਰ ਰਿਹਾ ਲੁੱਟ ਕੇ ਮਸੀਹ ਕੌਮ ਨੂੰ, ਇਹ ਪੈਸੇ ਲੈ ਕੇ ਮਸੀਹ ਕੌਮ ਤੋਂ, ਤੇ ਫਿਰ ਉਹਦਾ ਵਾਅਦਾ ਕੀਤਾ ਜਾਵੇ। ਮੈਂ ਇਹ ਮੰਗ ਕਰਦਾ ਕਿ ਫਿਰ ਉਹਦਾ ਵਾਅਦਾ ਕੀਤਾ ਜਾਵੇ, ਉਹਨੂੰ ਇਹ ਕਿਹਾ ਜਾਵੇ ਕਿ ਉਹ 1500 ਨਹੀਂ ਬਲਕਿ 50,000 ਰੁਪਈਆ ਲਵੇ ਕਾਰਡ ਬਣਾਉਣ ਦਾ। ਮੈਂ ਇਹਨਾਂ ਸ਼ਬਦਾਂ ਦੇ ਨਾਲ ਸਭ ਨੂੰ ਜੈਮ ਸਿੰਘ ਹੀ ਕਹਿੰਦਾ, ਔਰ ਮੈਂ ਪ੍ਰਧਾਨਾਂ ਤੋਂ ਇਹਨਾਂ ਤੋਂ ਜਿਨ੍ਹਾਂ ਨੇ ਪਟਾ ਪਾਇਆ ਹੋਇਆ ਇਹ ਜਵਾਬ ਮੰਗਦਾ, ਜਿਹੜੀ ਮੈਂ ਗੱਲ ਪੁੱਛੀ ਇਹਦਾ ਮੈਨੂੰ ਜਵਾਬ ਦਿੱਤਾ ਜਾਵੇ। ਸਭ ਨੂੰ ਜੈਮ ਸਿੰਘ।